Thank you.
ਦਾਤ ਹੋ ਭਾਵੇ ਬੁਰਾ ਕਹੋ ਕੋਈ ਭਦਾਤ ਹੋ ਭਾਵੇ ਬੁਰਾ ਕਹੋ Thank you.
Oh,
Thank you.
Thank you.
ਸੁਖ ਪਰਸਾ ਬੰਦੇ ਤੂੰ ਬੰਦਗੀ।
ਆਈ ਹੈ ਰਾਮ ਦਾਸ ਸਾਰੇ
ਸਹਿਮਤਾ ਦੇ ਬਾਅਦ ਅਸੀਂ ਇਕਾਗਰਤਾ ਦੇ ਅੰਦਰ ਬੈਠੀ ਸੁਜਵਾਨ ਗੁਰੂ ਸਾਧ ਸੰਗਤ ਸਤਿਕਾਰ ਭੈਣਾਂ ਬੀਬੀਆਂ ਬੱਚੀਆਂ ਬਜ਼ੁਰਗ ਮਾਤਾਵਾਂ ਗੁਰਸਿੱਖ ਵੀਰ ਗੁਰੂ ਕੇ ਵਜ਼ੀਰ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਦੇ ਵਿਦਵਾਨ ਔਰ ਇਸ ਗੁਰੂ ਘਰ ਨਾਲ ਸੰਬੰਧਿਤ ਤਮਾਮ ਪੰਡਿਤ ਸਾਹਿਬਾਨ ਜੀ ਗੁਰੂ ਨਾਨਕ ਸੇਵਕ ਜਥਾ ਯੂਨੀਵਰਸਿਟੀ ਜਿਹਨਾਂ ਤਰਫੋਂ ਸੰਗਤਾਂ ਦੇ ਸਹਿਯੋਗ ਅਤੇ ਪੰਡਿਤ ਸਾਹਿਬਾਨਾਂ ਦੇ ਤਾਲਮੇਲ ਨਾਲ ਇਸ ਸਮਾਗਮ ਕਰਵਾਇਆ ਜਾ ਰਿਹਾ ਹੈ। ਵਧਾਈ ਦੇ ਪਾਤਰ ਹੋ, ਇਤਨੀ ਜ਼ਿਆਦਾ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ ਹੈ ਅਤੇ ਤੁਹਾਡਾ ਉੱਦਮ ਤੁਹਾਡਾ ਪ੍ਰੇਮ ਪਿਆਰ ਅਦਬ ਖਲੋਸ ਆਪਸੀ ਬਣਤ ਔਰ ਇਹ ਜੋ ਚਾਓ ਗੁਰਮਤਿ ਸੰਬੰਧੀ ਪ੍ਰਚਾਰ ਸੰਬੰਧੀ ਉਸਦੇ ਲਈ ਵਧਾਈ ਦੇ ਪਾਤਰ ਹੋ। ਪ੍ਰੰਦਕ ਸਾਹਿਬਾਨਾਂ ਨੇ ਪੂਰਨ ਸਹਿਯੋਗ ਦਿੱਤਾ ਹੈ। ਇਹ ਦੂਸਰਾ ਦੀਵਾਨ ਹੈ ਜਿਸ ਵਿੱਚ ਤਿੰਨ ਰਾਗੀ ਜਥੇ ਹਾਜ਼ਰੀ ਭਰ ਰਹੇ ਨੇ ਔਰ ਪੰਥ ਪ੍ਰਸਿੱਧ ਵਿਦਵਾਨ ਸਨਮਾਨਯੋਗ ਮੇਰੀ ਮੁਰਾਦ ਗਿਆਨੀ ਕਿੰਦਰਪਾਲ ਸਿੰਘ ਜੀ ਹੋਰਾਂ ਤੋਂ ਹੈ। ਉਹਨਾਂ ਦੇ ਅਨਮੋਲ ਵਿਚਾਰ ਉਹਨਾਂ ਤੋਂ ਤੁਸੀਂ ਜਾਣੂ ਹੋ ਰਹੇ ਹੋ ਔਰ ਨਜੀਜ਼ ਖਾਲਸਾ ਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ। ਆਪ ਜੀ ਤਹਿ ਦਿਲ ਸ਼ੁਕਰਗੁਜ਼ਾਰ ਹਾਂ। ਸਭ ਤੋਂ ਪਹਿਲਾਂ ਸਨਮਾਨਯੋਗ ਭਾਈ ਸਾਹਿਬ ਭਾਈ ਗਰਮਿੰਦਰ ਸਿੰਘ ਜੀ ਨਾਗਪੁਰੀ ਅਧੂਰੇ ਰਾਗੀ ਜਥਾ ਸਤਿ ਸ੍ਰੀ ਹਰਿਮੰਦਰ ਸਾਹਿਬ ਬਹੁਤ ਖੂਬਸੂਰਤ ਸੁਰੀਲਾ ਜਥਾ ਹੈ, ਚੰਗੇ ਅੰਦਾਜ਼ ਨਾਲ ਤਾਮ ਨਾਲ ਕੀਰਤਨ ਕਰਦੇ ਨੇ। ਉਹਨਾਂ ਨੇ ਆਪ ਜੀ ਨੂੰ ਸਰਚਾਰ ਕੀਤਾ ਕੰਮ ਉਹਨਾਂ ਦੇ ਪ੍ਰਸਿੱਧ ਕੀਰਤਨੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹਨਾਂ ਦੇ ਸਾਥੀ ਅਧੂਰੇ ਰਾਗੀ ਜਥਾ ਸਤਿਗੰਨ ਸ਼੍ਰੀ ਦਰਬਾਰ ਸਾਹਿਬ ਬੜਾ ਵਜਤ ਵਿੱਚ ਉਹਨਾਂ ਨੇ ਕੀਰਤਨ ਕੀਤਾ ਹੈ। ਆਖਿਰ ਵਿੱਚ ਇਹਨਾਂ ਚੀਜ਼ਾਂ ਨੂੰ ਇਹਨਾਂ ਖਾਲਸਾਰਾਂ ਨੂੰ ਤੁਹਾਡੀ ਕਦਮਬੋਸੀ ਦਾ ਸਮਾਂ ਮਿਲਿਆ ਹੈ। ਆਪ ਜੀ ਦੇ ਸ਼ੁਕਰਗੁਜ਼ਾਰ ਹਾਂ। ਕੀਰਤਨ ਕਰਦੇ ਆਪਣੇ ਭੁੱਲੋ ਗਏ ਖਿਮਾ ਦੇ ਜਾਜੇ ਕਰ ਫਿਰ ਦੁਬਾਰਾ ਸ਼ੁਕਰਗੁਜ਼ਾਰ ਹਾਂ ਗੁਰੂ ਨਾਨਕ ਸਾਹਿਬ ਜਥਾ ਇਹਨਾਂ ਦੇ ਤਮਾਮ ਮੈਂਬਰਾਂ ਅਤੇ ਇੱਥੋਂ ਦੀ ਪੰਥਕ ਕਮੇਟੀ ਦੇ ਚੇਅਰਮੈਨ ਪ੍ਰਧਾਨ ਸਾਹਿਬ ਸਮੁੱਚਾ ਸਟਾਫ ਸਕੱਤਰ ਸਾਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਹਾਜ਼ਰ ਕਰਨ ਯੋਗ ਹੋਏ ਹਨ। ਕੰਮ ਜੇ ਗੁਰੂ ਨੇ ਚਾਹਿਆ ਜਿਸ ਤਰ੍ਹਾਂ ਪੰਡਿਤ ਸਾਹਿਬਾਨ ਦਾ ਹੁਕਮ ਹੋਏਗਾ ਉਸ ਦੀ ਤਾਬੀਰ ਹੋਏਗੀ। ਅਗਲਾ ਪ੍ਰੋਗਰਾਮ ਜੋ ਹੈ ਬੜਾ ਖੂਬਸੂਰਤ ਹੈ। ਸਨਮਾਨਯੋਗ ਗਿਆਨੀ ਕਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨਾਲ ਮੁਖਾਤਬ ਹੋਣਾ ਹੈ, ਆਪ ਜੀ ਦੇ ਰੂਬਰੂ ਹੋ ਕੇ ਗੁਰਮਤਿ ਵਿਚਾਰਾਂ ਦੁਆਰਾ ਆਪ ਜੀ ਨੂੰ ਪ੍ਰਚਾਰ ਕਰਨਾ ਹੈ, ਆਪ ਜੀ ਦਾ ਇੰਤਜ਼ਾਰ ਕਰ ਰਹੇ ਹੋ, ਉਹ ਪੰਨ ਤੁਹਾਡੇ ਨਜ਼ਦੀਕ ਨੇ। ਆਓ ਆਪ ਜੀ ਦੀ ਸਜੋ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਜੀ। ਉਹਨਾਂ ਚੁੱਕਾਂ ਦੀ ਕਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਬਹੁਤ ਵੱਡੇ ਸਾਹਿਬ ਵਾਲੇ ਨੇ।